ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿੱਦਾਂ ਕਿ ਤੁਹਾਨੂੰ ਪਤਾ ਲੋਕਡਾਊਨ ਚੱਲ ਰਿਹਾ ਅਤੇ ਸਾਡੇ ਡੇਲੀ ਵਲੌਗ ਦਾ ਇੱਕ ਅਨਦਰ ਡੇ ਆ। ਓਹ 3 ਦਿਨ ਬਾਅਦ ਤਿਆਰ ਹੁੰਦੇ ਤਾਂ ਤੁਹਾਨੂੰ ਹੁਣ ਮੈਂ ਖਲਾਰਾ ਦਿਖਾਉਣੀ। ਖਲਾਰਾ ਦੇਖਿਓ ਤੁਸੀਂ, ਆ ਬੈੱਡ 'ਤੇ ਪਾਇਆ, ਆ ਕੱਪੜੇ ਕੱਢ ਕੱਢ, ਪੱਗ ਪੁੱਗ, ਇੱਕ ਪੱਗ ਉੱਧਰ ਪਈ ਹੈ। ਹਾਂਜੀ, ਤਿਆਰ ਹੋਣਾ ਕੋਈ ਸੌਖਾ ਕੰਮ? ਤਿਆਰ ਕਿਉਂ ਹੋਏ ਤੁਸੀਂ? ਤਿਆਰ ਹੋਏ ਅੱਜ ਮੇਰਾ ਮੂਡ ਕੀਤਾ, ਮੈਂ ਘਰੇ ਬੈਠੇ ਬੈਠੇ ਵਿਹਲੇ ਘੁੰਮੀ ਜਾਂਦੇ ਆਪਾਂ, ਕਦੀ ਤਿਆਰ ਨਹੀਂ ਹੋਣਾ, ਤਿਆਰ ਨਹੀਂ ਹੋਣਾ। ਆਈ ਵਾਸ ਮਿਸਿੰਗ ਗੈਟਿੰਗ ਰੈਡੀ। ਤਿਆਰ ਤੇ ਰੋ ਕੇ ਬਹਿਣਾ ਚਾਹੀਦਾ ਵੈਸੇ ਤੇ, ਕਿਉਂਕਿ ਚਿਲ ਮੋਡ ਰੋਜ਼ ਹੀ ਵਧੀਆ ਹੁੰਦਾ। ਕਦੇ ਕਦੇ ਵਧੀਆ ਹੁੰਦਾ ਨਹੀਂ, ਚਿਲ ਮੋਡ ਰੋਜ਼ ਹੀ ਵਧੀਆ ਹੁੰਦਾ, ਪਰ ਤਿਆਰ ਹੋਣਾ ਹੁਣ ਜਿੱਦਾਂ ਲੋਕਡਾਊਨ ਦੇ ਪੀਰੀਅਡ ਚੱਲਦੇ ਪਏ ਆ ਤੇ ਨਾਲੇ ਪੰਜਾਬ ਦੇ ਵਿੱਚ ਜਿਹੜਾ ਲੋਕਡਾਊਨ ਹੋਰ ਵਧ ਗਿਆ ਹੈ ਨਾ, 3 ਮਈ ਦੀ ਜਗ੍ਹਾ ਹੁਣ 13 ਮਈ ਹੋ ਗਿਆ, ਤੇ ਮੈਂ ਕਿਹਾ ਹੁਣ ਬਾਹਰ ਨਿਕਲ ਕੇ ਤਿਆਰ ਹੋ ਕੇ ਜਾਣਾ ਤਾਂ ਹੈ ਨਹੀਂ ਕਿਤੇ, ਇੱਥੇ ਮੈਂ ਘਰੇ ਆਪਾਂ ਤਿਆਰ ਤਿਉਰ ਹੋ ਜਾਈਏ। ਤਿਆਰ ਇਸ ਕਰਕੇ ਵੀ ਹੋਣਾ ਚਾਹੀਦਾ, ਅਗਰ ਆਪਾਂ ਹਲੇ ਵੀ ਲੱਸੀ ਬਣ ਕੇ ਬੈਠ ਰਹੇ ਮਸੀ ਤਾਂ ਬੰਦੇ ਘਰ ਰਹੇ, ਘਰ ਰਹਿ ਗਿਆ, ਇਹਨਾਂ ਲਈ ਤਾਂ ਤਿਆਰ ਹੋਈਦਾ। ਫਿਰ ਤਿਆਰ ਹੋਵੋ ਕੁੜੀਓ। ਮੈਂ ਕਹਿੰਦੀ ਟਿਕਟੋਕ ਵਾਲੀਆਂ ਵੀਡੀਓ ਬਣਾਉਣੀ ਹੈ, ਇਸ ਲਈ ਆਪਾਂ ਟਿਕਟੋਕ ਵਾਲੀਆਂ ਵੀਡੀਓ 2-3 ਬਣਾਵਾਂਗੇ। ਅਗਰ ਟਿਕਟੋਕ ਤੇ ਤੁਸੀਂ ਸਾਨੂੰ ਫੋਲੋ ਨਹੀਂ ਕੀਤਾ, ਜਾ ਕੇ ਟਿਕਟੋਕ ਤੇ ਲਿਖੋ ਦੈਟ ਕਪਲ ਦੋ ਤੇ ਫੋਲੋ ਕਰੋ ਟਿਕਟੋਕ ਤੇ। ਫਾਈਨਲੀ ਟਾਈਮ ਲੱਗਾ ਸਾਨੂੰ ਵੀ ਟਿਕਟੋਕ ਬਣਾਉਣ ਨੂੰ, ਹੁੰਦਾ ਇਹ ਤਾਂ ਤਿਆਰ ਨਹੀਂ ਹੁੰਦਾ, ਮੈਂ ਇਕੱਲੀ ਬਣਾਉਣ ਨੂੰ ਲੈਣੇ। ਸੋ ਤਿਆਰ ਸ਼ਿਆਰ ਆਪਾਂ ਹੋ ਚੁੱਕੇ ਹਾਂ ਅਤੇ ਹੁਣ ਮੈਂ ਚੱਲਾਂ ਥੱਲੇ ਅਤੇ ਮੈਡਮ ਨੇ ਫੜੇ ਤਰਬੂਜ, ਤਰਬੂਜ ਨਾਲ ਨਾਲ ਘੁੰਮਣ ਡੇ ਮੇਰੇ। ਐਵੇਂ ਖਾਂਦੇ ਨਹੀਂ ਪੀਂਦੇ ਨਹੀਂ, ਹੋਰ ਨਹੀਂ ਕੁਛ, ਮੈਂ ਖਾਂਦਾ ਵੀ ਹਾਂ ਤਾਂ ਪੀਂਦਾ ਵੀ ਹਾਂ। ਜੂਸ ਪੰਮਾ ਵਗੈਰਾ ਨੂੰ ਮਿਲਣ ਚੱਲੇ ਹਾਂ ਆਪਾਂ, ਕੀ ਬਣਨ ਦਿਆ ਥੱਲੇ, ਕੀ ਚੱਲਦਾ, ਕੀ ਬਣਦਾ। ਅੱਜ ਕਹਿੰਦੇ ਆਲੂ ਵਾਲੇ ਪਰਾਂਠੇ ਬਣੇ ਆ। ਸਤਾਰ ਜੀ, ਕੀ ਹਾਲ ਚਾਲ? ਤਰਬੂਜ ਖਾ ਕੇ ਉੱਚੀ ਥੁੱਕੀ ਨੀ ਜੀ, ਬੀ ਉੱਚੀ ਥੁੱਕੀ ਨੀ। ਆਪਾਂ ਲਿਆਂਦਾ ਸੀਗਾ ਖਰਬੂਜਾ, ਸਹਿਨੂਰ ਨੇ ਹਲਕਾ ਹਲਕਾ ਵਾਕ ਕਰਨਾ ਸ਼ੁਰੂ ਕਰਤਾ ਸੀਗਾ ਤੇ ਹੋਪਫੁਲੀ ਮੈਂ ਤੁਹਾਨੂੰ ਦਿਖਾਉਂਗਾ ਵੀ, ਪਰ ਹਜੇ ਜ਼ਿਆਦਾ ਪੈਰ ਨਹੀਂ ਪੱਟਦੀ ਹੈ, ਮਾੜੇ ਮਾੜੇ ਪੱਟਦੀ ਹੈ। ਓਹੋ, ਰਿਸ਼ੀ ਕਪੂਰ ਦੀ ਡੈਥ ਹੋ ਗਈ ਅੱਜ, ਅਲਵਿਦਾ ਰਿਸ਼ੀ। ਮੁੰਬਈ ਕੇ ਹਸਪਤਾਲ ਮੈਂ ਅਭਿਨੇਤਾ ਰਿਸ਼ੀ ਕਪੂਰ ਕਾ ਨਿਧਨ, 67 ਈਅਰ ਕੀ ਉਮਰ ਮੈਂ ਅਭਿਨੇਤਾ ਰਿਸ਼ੀ ਕਪੂਰ ਕਾ ਨਿਧਨ। ਦੋ ਸਾਲ ਤੋਂ ਕੈਂਸਰ ਸੀਗਾ ਰਿਸ਼ੀ ਕਪੂਰ ਨੂੰ, ਤਾਂ ਕਹਿੰਦੇ ਵੀ ਡੈਥ ਹੋ ਗਈ ਆ, ਅੱਜ ਹੋਈ ਆ ਡੈਥ ਭਰਾਵਾ, 2020 ਤਾਂ ਲਗਾਤਾਰ 2 ਦਿਨ ਹੋ ਗਏ ਆ। ਕੱਲ ਇਰਫਾਨ ਖਾਨ ਦੀ ਡੈਥ ਹੋ ਗਈ ਸੀ, ਵਰਸਟਾਈਲ ਐਕਟਰ, ਵਨ ਆਫ ਦਾ ਬੈਸਟ ਐਕਟਰ ਸੀਗੇ ਬਾਲੀਵੁੱਡ ਦੇ, ਐਂਡ ਅੱਜ ਰਿਸ਼ੀ ਕਪੂਰ, ਦੋਵਾਂ ਦੀ ਡੈਥ ਜਿਹੜੀ ਆ ਉਹ ਕੈਂਸਰ ਕਰਕੇ ਹੋਈ ਹੈ। ਯਾਰ ਵਨ ਆਫ ਦਾ ਲੈਜੈਂਡ ਸ਼ੀਨਾ ਦੀਦੀ, ਆਪ ਯਹਾਂ ਪੇ ਬੈਠੇ ਬੈਠੇ ਟਾਟਲ ਲੇ ਹੋ। ਆਹ ਦੇਖੋ, ਮੈਂ ਕਿਹਾ ਹੈ ਨਾ ਹਿਪੋਟੋਪੇਮਸ ਹੈ ਇਹ, ਮੋਟੀ ਹੈ। ਮੈਂ ਆਲੂ ਕੇ ਪਰਾਂਠੇ ਖਾ ਲਿਓ, ਤੂੰ ਖਾਣੇ ਖਾਤ ਸੋਹਣੇ, ਤੁਸੀਂ ਸਾਡੇ ਵਾਸਤੇ ਆਲੂ ਦੇ ਪਰਾਂਠੇ ਬਣਾ ਰਹੇ ਹੋ, ਕਿਆ ਹੀ ਬਾਤ ਹੈ, ਮਜ਼ਾ ਆ ਜਾਊਗਾ, ਭੁੱਖ ਲੱਗੀ ਹੋਈ ਹੈ ਸਵੇਰ ਦੀ। ਕੜਾਕੇਦਾਰ ਧੁੱਪ ਨਿਕਲੀ ਸੀ, ਕੜਾਕੇਦਾਰ ਧੁੱਪ। ਮੈਕਸ ਅਤੇ ਟੈਡੀ ਵਗੈਰਾ ਲੋਕ ਕੇ ਸੁੱਤੇ ਹੋਏ ਆ, ਮੈਕਸ ਦੇ ਰਿਹਾ, ਮੈਕਸੀ
ਟੜੇ ਟੜੀ ਉੱਪਰ ਚੱਲ ਜਾਂਦਾ ਇੱਥੋਂ ਦੀ ਇਹ ਮੇਰਾ ਬੁਲਟ ਕਾਫੀ ਟਾਈਮ ਤੋਂ ਚਲਾਇਆ ਨਹੀਂ ਹੈਗਾ ਤੇ ਬੁਲਟ ਦੀ ਹਾਲਤ ਦੇਖੋ ਕਿੰਨੀ ਗੰਦੀ ਹੋਈ ਪਈ ਹੈ ਉਹ ਗੰਦਾ ਹੋਇਆ ਬੁਲਟ ਮੇਰਾहाँ जी पराठे बने कि नहीं बने ओह बड़ा सारा पराठा बनाया नहीं मेरे हाथ बड़ा सारा पराठा एक ढाबे का पराठा बना लेंगे विचो कट करके ही करूँगा दही दे नाल खावांगे आपां घरे जमाया है दही वही अच्छा गुड़ वाला केक वही जैगरी केक सेम मैं अंग्रेजी च बोलन डिया ना दैट कपल टू डैड कपल टू की कहानी भी बड़ी तगड़ी है मेरा एक कजन नवीन नवीन करके अपनी ना सहेली गल करता पैसे का तो अपनी सहेली कहना कि आपको पता है मेरा ना ब्रदर है डैड कपल टू वाला है मैं क्या डैड कपल टू नहीं हूँ दो आ कहता नहीं मैं उन्होंने इंग्लिश दसदा वा और मैं क्या भरावा इंग्लिश दो आ और दो टू कह दिया है सैनू पुत तुम कि ब्रश लाए तुम चक के सैनू दंद तो ते है नहीं ब्रच कितने मत्थे ते मारना अच्छा ठीक है चलो सिर च मार लो ये वाला ब्रश मत्थे ते मारन नूं या पुट्ठा पाया पुत मुंह च देखो रोटी खा रहे हैं खा कितने रहे हैं पर रोटी तो इतना ही पई है ये तुसी पेंटिंग देखी होनी मैं बनाई सी ਉਹ ਦੇਖੋ ਇਸ ਬੰਦੇ ਦੀ ਕੋਈ ਜਗ੍ਹਾ ਨਹੀਂ ਹੈ ਬਹਿਣ ਦੀ ਭਾਵੇਂ ਉੱਥੇ ਬਹਿ ਜਾਵੇ ਭਾਵੇਂ ਪੌੜੀਆਂ 'ਤੇ ਬਹਿ ਜਾਵੇ ਭਾਵੇਂ ਝੂੜਿਆਂ 'ਤੇ ਬਹਿ ਜਾਵੇ ਕੋਈ ਚੱਕਰ ਨਹੀਂ ਕੀ ਦੇਖਦੀ ਪਈ ਹੈ ਨੈੱਟਫਲਿਕਸ 'ਤੇ ਦੇਖਦੀ ਪਈ ਹੈ ਫਰੈਂਡਸ ਫਰੈਂਡਸ ਕਰਕੇ ਇੱਕ ਸੀਰੀਜ਼ ਆ ਉਹ ਦੇਖਦੀ ਪਈ ਹੈ ਪੌਣੇ ਕੁ ਛੇ ਹੋ ਚੁੱਕੇ ਆ ਅਤੇ ਭਾਈ ਸਾਹਿਬ ਆਪਣੀ ਪਬਜੀ ਸਟ੍ਰੀਮ ਚਲਾ ਰਹੇ ਆ ਅੱਡੇ ਸਟ੍ਰੀਮਰ ਬਸ ਕਰੋ ਹੁਣ ਬਸ ਕਰੋ ਇਹ ਦੇਖੋ ਸੈਨੂ ਚੱਲ ਰਹੀ ਹੈ ਸੈਰ ਹੋ ਰਹੀ ਹੈ ਓਹੋ ਜਿੱਦ ਦੇਖੋ ਯੋਗਾ ਸਾਢੇ ਛੇ ਹੋ ਚੁੱਕੇ ਆ ਤੇ ਮੈਡਮ ਜੀ ਹਜੇ ਵੀ ਕਿਚਨ ਦੇ ਵਿੱਚ ਹੀ ਮੰਡਰਾ ਰਹੀ ਹੈ ਤੇ ਹੋਰ ਪਾਪਾ ਆ ਚੁੱਕੇ ਆ ਸੈਰ ਸੂਰ ਕਰਕੇ ਐਂਡ ਸੈਨੂ ਮੰਦਿਰ ਵਿੱਚ ਬੈਠਾ ਸੀ ਸੈਨੂ ਤਾਂ ਮੰਦਿਰ ਵਿੱਚ ਬੈਠਾ ਸੀ ਸੈਨੂ ਦਿਨ ਦਾ ਰੂਟੀਨ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਰੋਜ਼ ਹੀ ਸ਼ੀਨਾ ਨੇ ਆਪਣਾ ਬੋਰੀਆ ਬਿਸਤਰਾ ਉੱਥੇ ਵਿਛਾ ਲਿਆ ਹੈ ਯੋਗਾ ਕਰਨ ਲਈ ਅਤੇ ਮੈਂ ਆ ਗਿਆ ਇਸ ਟਾਈਮ ਉੱਪਰ ਉੱਪਰ ਵਾਲੇ ਕੀ ਕਹਿੰਦੇ ਨੂੰ ਪੋਰਚ ਕਹਿੰਦੇ ਕੀ ਕਹਿੰਦੇ ਆਪਾਂ ਤਾਂ ਬਾਲਕਨੀ ਕਹਿੰਦਾ ਕੀ ਕਹਾਂਗੇ ਕਮੈਂਟ ਬਾਕਸ 'ਚ ਦੱਸੋ ਇਹ ਜਿਹੜੇ ਉੱਪਰ ਇਹ ਜਿਹੜਾ ਬਣਿਆ ਹੋਇਆ ਹੈ ਹਿਸਾਬ ਕਿਤਾਬ ਇਹਨੂੰ ਕੀ ਕਹਾਂਗੇ ਲੋਬੀ ਕਹਾਂਗੇ ਲੋਬੀ ਤਾਂ ਅੰਦਰ ਹੁੰਦੀ ਆ ਪੋਰਚ ਕਹਾਂਗੇ ਪੋਰਚ ਕਹਾਂਗੇ ਮੈਂ ਜਿੱਥੇ ਤੱਕ ਮੈਨੂੰ ਲੱਗਦਾ ਸ਼ਾਮ ਦਾ ਟਾਈਮ ਹੋ ਚੁੱਕਾ ਆ ਸਕਾਈ ਬਿਲਕੁਲ ਕਲੀਅਰ ਹੈ ਮੇ ਵੀ ਹੋ ਸਕਦਾ ਅੱਜ ਪਹਾੜ ਵੀ ਦੇਖਦੇ ਹੁਣ ਪਾਪਾ ਆਪ ਕਿੱਧਰ ਗਏ ਜੀ ਮੈਂ ਵੈਸੇ ਘੁੰਮਣ ਲਈ ਬਾਹਰ ਨਹੀਂ ਅੰਦਰ ਲੌਕਡਾਊਨ ਦੇ ਵਿੱਚ ਅੰਦਰ ਘੁੰਮੋ ਬਾਹਰ ਨਾ ਘੁੰਮੋ ਮਤਲਬ ਉੱਪਰ ਥੱਲੇ ਉੱਪਰ ਥੱਲੇ ਹੋ ਜਾ ਰਿਹਾ ਇਹੀ ਘੁੰਮਣਾ ਕਹਿ ਰਿਹਾ ਜਿੱਦਾਂ ਮੈਂ ਸੋਚਿਆ ਕਿ ਜਿੱਦਾਂ ਮੈਂ ਸੋਚਿਆ ਕਿ ਤਿਆਰ ਹੋਣਾ ਪਾਪਾ ਨੇ ਵੀ ਸੋਚਿਆ ਮੈਂ ਵੀ ਤਿਆਰ ਹੋਣਾ ਸ਼ੀਨਾ ਗਈ ਆ ਬਾਹਰ ਨੂੰ ਯੋਗਾ ਕਰਨ ਯੋਗਾ ਕਰਨ ਯੋਗਾ ਸ਼ੀਨਾ ਆਰ ਯੂ ਪਰਫਾਰਮਿੰਗ ਯੋਗਾ ਯੋਗਾ ਹੋ ਗਿਆ ਕਾਰਡੀਓ ਕਰਨਾ ਜੀ ਕਾਰਡੀਓ ਕਹਿੰਦੀ ਗੇਮ ਆਫ ਥਰੋਨਸ ਦੀ ਕਮੀਜ਼ ਪਾਈ ਹੈ ਗੇਮ ਆਫ ਥਰੋਨਸ ਦਾ ਇੱਕ ਐਪੀਸੋਡ ਨਹੀਂ ਦੇਖਿਆ ਅੱਜ ਤੱਕ ਝੂਠ ਬੋਲਦੀ ਮੈਕਸੀ ਸਾਰੇ ਬੈਠੇ ਉੱਪਰ ਪਿੱਛੇ ਕੱਪੜੇ ਵੀ ਸੁੱਕਣੇ ਪਏ ਹੋਏ ਹੈਲੇ ਹੈਲੇ ਨੀ ਉਹ ਲੋ
हेलो फ्रेंड्स चाय पी लो, हेलो फ्रेंड्स चाय पी लो। चनू की करता सी तू? और मिट्टी चनू एक कितना जल्दी जल्दी करते पे तू? आज खड़े हो जाओ, खड़े हो जाओ, खड़े हो जाओ, खड़े हो जाओ ना, खड़े हो गए, चलो खड़े हो गए, पानी से खेलना उसको। किन्ने किन्ने एदा छोटे होंदे कीता, मैं तो बड़ा कीता। सारे कप्पे गिले कर ले, सारे कप्पे गिले कर ले सानू ने। चप 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 छत पे चलिए, छत पे, छत पे जाने की बारी आ गई है। नखरे बहुत आ जी सैनूर ते, मूड ते आ ओदे सारा कुछ। नहीं नहीं अंदर नहीं जाना, बुलाओ इनू। सैनू इन्ना तैयार होके तू झाड़ू मारना। बाबा जी, बाबा जी नू कर दो, अरदास कर दो। सो काइंड ऑफ अज सहनूर ने अपने पहले स्टैप्स ले आ, हुण दुद्ध पीण बह गई है सहनूर ते। वीडियो जिहड़े शॉर्ट्स तुसीं देखे बड़ी मेहनत नाल ले गए, क्योंकि सहनूर जिहड़ी अज कलपी पी बहुत ज़्यादा। मम्मा दुद्ध लैण गए सीगे, मम्मा लै गए दुद्ध, ज्योति लै गई। अच्छा अच्छा, मम्मा दुद्ध लैण गए सीगे पर मम्मा हुण थल्ले रह गए, ओह कलपी हुई है हुण। ਕਹਿੰਦੀ ਹੈਂਡ ਫੜ ਕੇ ਚੱਲਣਾ ਮੈਂ। ਚਲੋ ਥੱਲੇ ਚਲੀਏ, ਚਲੋ ਚਲੀਏ, ਚਲੋ ਚਲੀਏ ਥੱਲੇ। ਮਾਤਾ ਜੀ ਅੱਜ ਕਿਚਨ ਚ ਲੱਗੇ ਹੋਏ। ਮਾਤਾ ਜੀ ਕੀ ਬਣਾ ਰਹੇ ਹੋ? ਗਿਆ ਕੇ ਕੋਫਤੇ। ਗਿਆ ਕੇ ਕੋਫਤੇ ਬੰਦੇ ਵੇ ਜੀ, ਹੰਬੋ ਬਣਾ ਰਹੇ ਹੋ ਸਭ ਨੂੰ ਕੀ ਪਸੰਦ? ਉਹ ਮੈਨੂੰ ਤਾਂ ਬਿਲਕੁਲ ਨਹੀਂ ਪਸੰਦ ਕੋਫਤੇ, ਟਿੰਡੇ, ਕੱਦੂ, ਘੀਆ। ਦੂਸਰਾ ਬੰਦਾ ਪਿਆ ਜੀ ਅੰਡੇ ਦੀ ਕੜੀ, ਅੰਡੇ ਦੀ ਕੜੀ ਵੀ ਬਣਾ ਰਹੇ ਹਾਂ ਮੈਂ ਸੈਨੂ। ਓ ਜੈਨੂ ਆਇਆ ਜੀ, ਜੈਨੂ ਸੜਤਾ ਮੈਂ ਸਮਾਨ। ਉਹ ਕਹਿੰਦੀ ਮੈਨੂੰ ਗੋਦੀ ਚੱਕਣ ਲੱਗੇ। ਤੁਰਨਾ ਸਿੱਖੀ ਨਹੀਂ ਕਿ ਪੌੜੀਆਂ ਚੜ੍ਹਨੀਆਂ ਸ਼ੁਰੂ, ਬੜੀ ਤੇਜ਼ੀ ਨਾਲ ਪੌੜੀਆਂ ਚੜ੍ਹਦੀ ਹੈ। ਬੇਬੀ ਨੂੰ ਫੜਿਓ, ਚੜ੍ਹਨਾ
ਚਾ 5 ਲਿਲ ਮੰਕੀਜ਼ ਜੰਪਿੰਗ ਔਨ ਦ ਬੈਡ 1 ਓਏ ਜੰਪ ਸੈਨੂਰ ਨੂੰ ਇਹ ਵਾਲੇ ਸੰਤਰੇ ਬਹੁਤ ਪਸੰਦ ਆ ਸਾਡੇ ਘਰ 'ਚ ਜਿਹੜੇ ਲੱਗੇ ਹੋਏ ਆ ਸੈਨੂੰ ਦੇ ਦਿਓ ਦੇ ਦਿਓ ਅਬ ਕੋਕੋ ਮੈਨ ਚਲ ਗਿਆ ਆਪ ਕਾ ਦੇਖ ਸੁਣਤੀ ਉਹ ਆ ਦੇਖੋ ਸਾਨੂੰ ਪਸੀਨਾ ਕਿੰਨਾ ਆਉਂਦਾ ਪਿਆ ਇੰਨਾ ਜ਼ਿਆਦਾ ਪਸੀਨਾ ਆਉਂਦਾ ਪਿਆ ਸੈਨੂਰ ਨਾਲ ਖੇਡ ਖੇਡ ਕੇ ਸਾਨੂੰ ਇਹ ਸਾਡਾ ਰੋਜ਼ ਦਾ ਇਹੀ ਕੰਮ ਹੈ ਕਿ ਵੀ ਆਪਾਂ ਸਾਡੀ ਅੱਧੀ ਐਕਸਰਸਾਈਜ਼ ਸੈਨੂਰ ਕਰ ਲੈਂਦੀ ਮਤਲਬ ਉਹ ਇਹ ਸੀਗਾ ਅੱਜ ਦਾ ਵਲੌਗ ਅਗਰ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਾ ਆ ਤਾਂ ਇਹਨੂੰ ਲਾਈਕ ਦੇਣਾ ਨਾ ਭੁੱਲਿਓ ਐਂਡ ਸ਼ੇਅਰ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਤਾਂ ਜ਼ਰੂਰ ਹੀ ਕਰ ਦਿਓ ਕਿਉਂਕਿ ਤੁਹਾਡੀ ਸਬਸਕ੍ਰਾਈਬ ਕਰਨਾ ਸਾਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਸੋ ਥੈਂਕਸ ਫੋਰ ਯੋਰ ਟਾਈਮ ਹੇਅਰ ਐਂਡ ਲਵ ਯੂ ਔਰ ਥੈਂਕਸ ਫੋਰ ਯੋਰ ਸਪੋਰਟ ਤੇ ਗੁੱਡ ਨਾਈਟ ਟੇਕ ਕੇਅਰ भी गिरा नहीं अब की बार तो नीचे रखना आराम हो गया ना उसे तो पापा को देखना चाहिए था वो जल्दी ऊपर से पापा मिस कर दिया उन्होंने ये चीज और इसको लाइव ऐसे खाते हुए देखना कोई नहीं पापा को व्लॉग में दिखाएंगे एक अलग ही सुकून है और उसको देखो शटर दिखाएंगे ओ मेरा पुत्र क्या किसी कट रखने वाला